हाँ जी सत श्री अकाल जी, स्वागत है ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ। ਅੱਜ ਗੱਲ ਕਰਦੇ ਹਾਂ ਆਪਾਂ BLB ਬਾਰੇ, ਯਾਨੀ ਕਿ ਬੈਕਟੀਰੀਅਲ ਲੀਫ ਬਲਾਈਟ ਬਾਰੇ, ਜੋ ਕਿ ਝੋਨੇ ਦੇ ਖੇਤਾਂ ਵਿੱਚ ਇਹ ਬਿਮਾਰੀ ਆ ਜਾਂਦੀ ਹੈ ਆਪਣੇ, ਤੇ ਉਸ ਦੀਆਂ ਕੀ ਨਿਸ਼ਾਨੀਆਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਜਿਵੇਂ ਕਈ ਕਿਸਾਨ ਵੀਰਾਂ ਨੂੰ ਇੱਕ ਪਹਿਚਾਨਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਿ ਕੀ ਇਹ ਬੈਕਟੀਰੀਅਲ ਲੀਫ ਬਲਾਈਟ ਆ, BLB ਆ, ਜਾਂ ਮਤਲਬ ਕਿ ਉੱਦਾਂ ਹੀ ਪੱਤੇ ਦੀਆਂ ਨੋਕਾਂ ਜਾਂ ਸੁੱਕਦੀਆਂ ਨੇ, ਕਿਉਂਕਿ ਪਿਛਲੇ ਕੁਛ ਦਿਨਾਂ 'ਚ ਮੌਸਮ ਦੇ ਵਿੱਚ ਹਵਾ ਦੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਕੁਛ ਕੁ ਜਿਹੜੇ ਆਪਣੇ ਝੋਨੇ ਨੇ ਉਹਨਾਂ ਦੀਆਂ ਨੋਕਾਂ ਜੀਆਂ ਸੁੱਕਣੀਆਂ ਸ਼ੁਰੂ ਹੋ ਗਈਆਂ, ਜਾਂ ਕਈ ਕਿਸਾਨ ਵੀਰਾਂ ਨੇ ਕੀ ਕੀਤਾ, ਪਾਣੀ ਦਾ ਜਿਹੜਾ ਜ਼ਿਆਦਾ ਸੋਕਾ ਲਵਾਇਆ, ਉਹਦੇ ਨਾਲ ਵੀ ਕਈ ਵਾਰੀ ਆਪਣੀਆਂ ਜਿਹੜੀਆਂ ਜ਼ਿਆਦਾ ਜਿਹਨੂੰ ਆਪਾਂ ਸੋਕਾ ਕਹਿ ਸਕਦੇ ਹਾਂ, ਇੱਕ ਤਾਂ ਹੁੰਦਾ ਬਾਹਣ ਨੂੰ ਹਵਾ ਲਵਾਉਣੀ, ਇੱਕ ਹੁੰਦਾ ਸੋਕਾ ਲਵਾਉਣਾ। ਕੁਛ ਕਿਸਾਨ ਵੀਰਾਂ ਨੇ ਬਾਹਣ ਨੂੰ ਸੋਕਾ ਆਪਣੇ ਖੇਤ ਨੂੰ ਸੋਕਾ ਲਵਾਇਆ, ਸੋ ਉਸ ਵਿਸ ਤੇ ਗੱਲਬਾਤ ਕਰਦੇ ਹਾਂ ਉਹਦੇ ਨਾਲ, ਕਿਉਂਕਿ ਨੋਕਾਂ ਜੀਆਂ ਸੁੱਕ ਜਾਂਦੀਆਂ ਨੇਗੀਆਂ। ਤਾਂ ਵੀ ਕਈ ਕਿਸਾਨ ਵੀਰ ਨੇ ਜਿਹੜੇ ਉਹ ਮਤਲਬ ਇਸ ਭੁਲੇਖੇ 'ਚ ਰਹਿੰਦੇ ਨੇ ਕਿ ਆਪਣੇ ਕੀ ਇਹ ਬਿਮਾਰੀ ਆ ਜਿਹੜੀ ਖੇਤ ਦੇ ਵਿੱਚ ਆ ਚੁੱਕੀ ਆ, ਸੋ ਉਸ ਦੇ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ ਅੱਜ। ਜੇਕਰ ਚੈਨਲ 'ਤੇ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਦੱਬ ਲਓ। ਉਸ ਤੋਂ ਬਾਅਦ ਹੁਣ ਜੇਕਰ ਆਪਾਂ ਗੱਲ ਕਰੀਏ, ਜਿਵੇਂ ਕਿ ਆਪਾਂ ਤੁਹਾਨੂੰ ਖੇਤ ਦੇ ਵਿੱਚ ਦਿਖਾਈਏ ਇਸ ਤਰੀਕੇ ਦੇ ਨਾਲ, ਕਈ ਵਾਰੀ ਆਪਣੀਆਂ ਨੋਕਾਂ ਜੀਆਂ ਸੁੱਕ ਜਾਂਦੀਆਂ ਨੇ ਜੇਕਰ ਤੁਸੀਂ ਦੇਖ ਸਕਦੇ ਹੋ, ਜਾਂ ਹੋਰ ਬਹੁਤ ਸਾਰੇ ਪੱਤੇ ਨੇ ਇਸ ਤਰੀਕੇ ਦੇ ਨਾਲ। ਜੇਕਰ ਇਹ ਜਿਹੜੀਆਂ ਨੋਕਾਂ ਸੁੱਕਦੀਆਂ ਨੇ ਇਹ ਸਿਰਫ ਇੱਥੋਂ ਤੱਕ ਹੀ ਸੀਮਤ ਨੇ, ਤਾਂ ਆਪਾਂ ਉਹਨੂੰ ਉਹ ਬਿਮਾਰੀ BLB ਨਹੀਂ ਕਹਿ ਸਕਦੇ। ਆਪਾਂ ਨੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਇਹੀ ਐਕਸਪਲੇਨ ਕੀਤਾ ਸੀ ਕਿ ਜਿਹੜੀ ਉਹ ਬਿਮਾਰੀ ਆ ਉਸਦੀਆਂ ਕੀ ਨਿਸ਼ਾਨੀਆਂ ਨੇ, ਕਿਉਂਕਿ ਜਿਹੜਾ ਇਹ ਮਤਲਬ ਹੁਣ ਝੋਨੇ ਦੀ ਫਸਲ ਆ ਇਸਦੇ ਬਹੁਤ ਸਾਰੇ ਰੰਗ ਪਟਾਉਣੇ ਹੁੰਦੇ ਆ, ਕੁਛ ਕੁ ਚੀਜ਼ਾਂ ਇਹ ਹੁੰਦੀਆਂ ਨੇ ਕਿ ਪੱਤੇ ਕਈ ਵਾਰੀ ਨੋਕਾਂ ਸੁੱਕ ਜਾਂਦੀਆਂ ਨੇਗੀਆਂ ਹਵਾ ਕਰਕੇ, ਜਾਂ ਕਈ ਵਾਰੀ ਕੀ ਹੁੰਦਾ ਗਾ ਆਪਣੇ ਖੇਤ ਦੇ ਵਿੱਚ ਆਪਾਂ ਜ਼ਿਆਦਾ ਸੋਕਾ ਲਵਾਉਂਦੇ ਉਹਦੇ ਕਰਕੇ, ਸੋ ਉਸ ਚੀਜ਼ ਨੂੰ ਆਪਾਂ ਨੇ ਪਹਿਚਾਨਣਾ। ਪਰ ਜਿਵੇਂ ਕਿ ਜਿਹੜੀ BLB ਆ, ਪਿਛਲੇ ਸਾਲ ਵੀ ਕੁਛ ਖੇਤਾਂ ਦੇ ਵਿੱਚ ਇਹ ਬਿਮਾਰੀ ਆਈ ਸੀ, ਇਸ ਵਾਰ ਵੀ ਆਈ ਸੀ, ਹੁਣ ਆਪਾਂ ਇਹਦੀ ਪਹਿਚਾਣ ਕਿਵੇਂ ਕਰੀਏ? ਪਹਿਚਾਣ ਦਾ ਮਤਲਬ ਜਿਵੇਂ ਕਿ ਆਪਾਂ ਤੁਹਾਨੂੰ ਦਿਖਾਇਆ ਕਿ ਕੁਛ ਕੁ ਨੋਕਾਂ ਉੱਪਰੋਂ ਸੁੱਕੀਆਂ ਨੇ, ਪਰ ਉਹ ਨੋਕਾਂ ਉੱਥੇ ਤੱਕ ਹੀ ਸੀਮਤ ਖੜ ਜਾਂਦੀਆਂ ਨੇ। ਜਿਹੜੀਆਂ ਸੁੱਕੀਆਂ ਨੋਕਾਂ ਹੁੰਦੀਆਂ ਨੇ ਉਹ ਮਤਲਬ ਕਿ ਉੱਥੇ ਤੱਕ ਸਿਰਫ ਸੁੱਕ ਕੇ, ਉਸ ਤੋਂ ਅੱਗੇ ਨਹੀਂ ਵੱਧਦੀਆਂ, ਤਾਂ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਆਪਾਂ BLB ਨਹੀਂ ਕਹਿ ਸਕਦੇ। ਇਹ ਕਈ ਵਾਰੀ ਮਤਲਬ ਕਿ ਹਵਾ ਦੇ ਨਾਲ ਜਾਂ ਹੋਰ ਕਿਸੇ ਜ਼ਿਆਦਾ ਪਾਣੀ ਸੁਕਾਉਣ ਦੇ ਨਾਲ ਇਹ ਚੀਜ਼ ਹੋ ਸਕਦੀ ਆ। ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਜਿਹੜੀ ਬੈਕਟੀਰੀਅਲ ਲੀਫ ਬਲਾਈਟ ਆ ਉਹਦੀ ਆਪਾਂ ਨਿਸ਼ਾਨੀ ਕੀ ਆ, ਖਾਸ ਕਰਕੇ 2-3 ਨਿਸ਼ਾਨੀਆਂ ਨੇ ਜਿਨ੍ਹਾਂ ਨਾਲ ਕਿ ਆਪਾਂ ਉਹਨੂੰ ਪਹਿਚਾਣ ਸਕਦੇ ਹਾਂ ਕਿ ਕੀ ਆਪਣੇ ਖੇਤ 'ਚ ਬਿਮਾਰੀ ਆ ਚੁੱਕੀ ਆ। ਸੋ ਪਹਿਲੀ ਨਿਸ਼ਾਨੀ ਤਾਂ ਜੇਕਰ ਤੁਸੀਂ ਲਵੇ ਆਪਣੇ ਖੇਤਾਂ ਦੇ ਲਵੇ, ਕਈ ਵਾਰੀ ਘਾਹ ਫੂਸ ਹੁੰਦਾ ਉਸ ਦੇ ਉੱਤੇ ਇਹ ਸਭ ਤੋਂ ਪਹਿਲਾਂ ਆਉਂਦੀ ਆ, ਜਿਹੜੇ ਇਹਦੇ ਤੱਤ ਹੁੰਦੇ ਨੇਗੇ। ਜਦੋਂ ਆਪਾਂ ਕਈ ਵਾਰੀ ਕੀ ਕਰਦੇ ਹਾਂ ਕਿ ਖੇਤ ਦੇ ਵਿੱਚ ਕੱਦੂ ਕਰਦੇ ਹਾਂ ਆਪਾਂ, ਸਾਗਾ ਵਗੈਰਾ ਮਾਰਦੇ ਹਾਂ ਜਾਂ ਮਤਲਬ ਕਿ ਰੋਟਾਵੇਟਰ ਮਾਰਦੇ ਹਾਂ, ਇਹ ਕਈ ਵਾਰੀ ਕੀ ਹੁੰਦਾ ਪਿਛਲੇ ਸਾਲਾਂ ਦੇ ਵਿੱਚ ਇਹ ਜਿਹੜੇ ਬਿਮਾਰੀ ਦੇ ਕਾਰਨ ਨੇ ਉਹ ਆਪਣੇ ਖੇਤ ਦੇ ਵਿੱਚ ਹੁੰਦੇ ਨੇ। ਉਸ ਤੋਂ ਬਾਅਦ ਉਹ ਕੀ ਕਰਦੇ ਨੇਗੇ, ਸੱਲਾਂ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਮਤਲਬ ਕਿ ਸਭ ਤੋਂ ਪਹਿਲਾਂ ਉਹ ਸਾਈਡਾਂ ਤੋਂ ਚੱਲਦੇ ਨੇ। ਉਸ ਤੋਂ ਬਾਅਦ ਸਾਈਡਾਂ ਤੋਂ ਚੱਲਣ ਤੋਂ ਬਾਅਦ ਉਹਨਾਂ ਨੇ ਜਿਹੜਾ ਮਤਲਬ ਕਿ ਖੇਤ ਦੇ ਵਿੱਚ ਅਟੈਕ ਹੁੰਦਾ ਉਹ ਕਰਨਾ ਸ਼ੁਰੂ ਕਰ ਦੇਣਾ ਹੁੰਦਾ। ਜੇਕਰ ਜ਼ਿਆਦਾ ਹਵਾ ਚੱਲਦੀ ਹੈ ਨਵੀਂ ਵਾਲੀ, ਜਿਵੇਂ ਕਿ ਵੈਸੇ ਹੁਣ ਹੁਮਸ ਵਾਲੀ ਹਵਾ ਹੈਗੀ ਆ, ਪਰ ਜ਼ਰੂਰੀ ਨਹੀਂ ਕਿ ਆਪਣੇ BLV ਆਈ ਹੋਵੇ, ਆਪਾਂ ਉਹਨੂੰ ਚੈੱਕ ਕਰਨਾ, ਠੀਕ ਹੈ ਜੀ। ਅਤੇ ਆਪਾਂ ਗੱਲ ਕਰ ਰਹੇ ਸੀ ਉਹਦੀ ਮਤਲਬ ਪਿਛਲੇ ਸਾਲ ਦੀ ਰਹਿੰਦ ਖੂੰਹਦ 'ਤੇ, ਉਹ ਤਾਂ ਆ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਮਤਲਬ ਕਿ ਦੂਜਾ ਕਾਰਨ ਆਪਾਂ ਦੱਸਿਆ ਗਾ ਮੌਸਮ ਦੀ ਹਿਊਮਿਡਿਟੀ ਵਾਲਾ, ਜੇਕਰ 70-85 ਆਉਂਦੀ ਆ ਹਿਊਮਿਡਿਟੀ, ਜਿਹੜੀ ਕਿ ਇਸ ਟਾਈਮ 'ਤੇ ਸੂਟੇਬਲ ਵੀ ਆ। ਉਸ ਤੋਂ ਬਾਅਦ ਆ ਜਾਂਦੀ ਆ ਕਿ ਬਾਰਿਸ਼ ਹੋਣਾ ਅਤੇ ਪਾਣੀ ਇੱਧਰ ਉੱਧਰ ਹੋਣਾ, ਜਾਂ ਆਪਾਂ ਜਿਹੜੇ ਇਹਨੂੰ ਜ਼ਿਆਦਾ ਫੈਲਣ ਦੇ ਕਾਰਨ ਜਿਹੜੀ ਡੌਗੀ ਹੁੰਦੀ ਆ, ਧੋੜੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਦੀ ਆਪਾਂ ਦੂਸਰੇ ਸਾਰੇ ਖੇਤ ਦੇ ਵਿੱਚ ਗੇੜਾ ਦੇਣਾ। ਜੇਕਰ ਉਸ ਖੇਤ ਨੂੰ ਚੈੱਕ ਕਰਨਾ ਵੀ ਆ ਜਿਹਦੇ 'ਤੇ ਆਪਾਂ ਨੂੰ ਸ਼ੱਕ ਆ, ਤਾਂ ਆਪਾਂ ਉਹਨੂੰ ਮਤਲਬ ਕਿ ਸ਼ਾਮ ਨੂੰ ਉਹਨੂੰ ਚੈੱਕ ਕਰੀਏ, ਤਾਂ ਜੋ ਉਸ ਤੋਂ ਬਾਅਦ ਆਪਾਂ ਆਪਣੇ ਮਤਲਬ ਖੇਤ ਦੇ ਵਿੱਚ ਹੋਰ 'ਚ ਨਾ ਗੇੜਾ ਦੇਈਏ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਸ ਦੇ ਮਤਲਬ ਕਿ ਇਹਨੂੰ ਰੋਕਣ ਦੀ, ਇਹਨੂੰ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕੇ ਹਾਂ ਕਿ ਕਿਸ ਦਵਾਈ ਦੇ ਨਾਲ ਆਪਾਂ ਕਿਸ ਤਰੀਕੇ ਨਾਲ ਇਹਨੂੰ ਰੋਕ ਸਕਦੇ ਹਾਂ। ਜਿਵੇਂ ਕਿ ਜੇਕਰ ਆਪਾਂ ਨੂੰ ਪਤਾ ਕਿ ਆਪਣੇ ਪਿਛਲੇ ਸਾਲ ਖੇਤ ਦੇ ਵਿੱਚ ਆਈ ਸੀ, ਆਪਾਂ ਉਸ ਖੇਤ ਨੂੰ ਟਾਰਗੇਟ ਕਰਕੇ ਰੱਖੀਏ ਅਤੇ
ਉਹਦੇ ਵਿੱਚ ਜੇਕਰ ਇਹ ਚੀਜ਼ ਆਉਂਦੀ ਵੀ ਆ ਤਾਂ ਉਹਨੂੰ ਦਵਾਈ ਦੇ ਨਾਲ ਬਾਹਰੋਂ ਬਾਹਰੋਂ ਵੀ ਕੰਟਰੋਲ ਕਰ ਸਕਦੇ ਹਾਂ, ਪਰ ਜੇਕਰ ਉਸ ਤੋਂ ਬਾਅਦ ਸਾਰੇ ਖੇਤ ਦੇ ਉੱਤੇ ਆਪਾਂ ਸਪਰੇ ਕਰਨੀ ਵੀ ਹੈਗੀ ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਉਹਨੂੰ ਕੰਟਰੋਲ ਕਰਨ ਦੇ ਤੌਰ ਤਰੀਕੇ ਦੱਸੇ ਨੇ, ਉਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ। ਹਾਂ, ਹੁਣ ਆਪਾਂ ਸਾਰਿਆਂ ਤੋਂ ਐਂਡ 'ਤੇ ਜਿਹੜੀ ਗੱਲ ਕਰਨੀ ਆ ਪਹਿਚਾਣ ਦੀ, ਜਿਹੜੀ ਕਿ ਆਪਾਂ ਖਾਸ ਮੇਨ ਗੱਲ ਹੈਗੀ, ਕਿਉਂਕਿ ਜਿਹੜੀ ਕਿਸਾਨ ਵੀਰਾਂ ਨੂੰ ਪਹਿਚਾਣ ਨਹੀਂ ਜਦੋਂ ਆ ਰਹੀ ਤਾਂ ਉਹ ਇਸ ਸ਼ੱਕ ਦੇ ਚੱਕਰ ਦੇ ਵਿੱਚ ਕਈ ਵਾਰੀ ਸਪਰੇਅ ਕਰਦੇ ਨੇ ਕਿ ਸ਼ਾਇਦ ਸਾਡੇ ਖੇਤ ਦੇ ਵਿੱਚ ਇਹ ਬਿਮਾਰੀ ਆ ਚੁੱਕੀ ਆ, ਪਰ ਉਹ ਹੁੰਦੀ ਹੈ ਨਹੀਂ। ਇੱਕ ਗੱਲ ਆਪਾਂ ਪਹਿਚਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ, ਉਸ ਤੋਂ ਪਹਿਲਾਂ ਇੱਕ ਗੱਲ, ਜੇਕਰ ਆਪਾਂ ਦੇਖਿਆ ਜਾਵੇ ਜਿਹੜੀ ਸਟੈਪੋਸਾਈਕਲਿਨ ਦੀਆਂ ਪੁੜੀਆਂ ਹੁੰਦੀਆਂ ਨੇ 6 ਗ੍ਰਾਮ ਵਾਲੀਆਂ ਲਗਭਗ, ਉਹ ਪੁੜੀਆਂ ਜੇਕਰ ਆਪਾਂ ਪਾ ਵੀ ਲੈਂਦੇ ਹਾਂ ਸਪਰੇਅ ਦੇ ਵਿੱਚ, ਮਤਲਬ ਜਦੋਂ ਕੋਈ ਵੀ ਸਪਰੇਅ ਕਰਦੇ ਹਾਂ ਜੇ ਪਹਿਲਾਂ ਪਾਉਂਦੇ ਹਾਂ, ਉਹ ਆਪਣੀ ਇੱਕ ਕਿਸਮ ਦੀ ਪ੍ਰੋਟੈਕਸ਼ਨ ਹੋ ਜਾਂਦੀ ਹੈ। ਸੋ ਜੇਕਰ ਆਪਾਂ ਨੂੰ ਕਿਸੇ ਖੇਤ ਦੇ ਵਿੱਚ ਆਪਾਂ ਨੂੰ ਖਾਦਸਾ ਲੱਗਦਾ ਤਾਂ ਆਪਾਂ ਉਹ ਪਾ ਕੇ ਸਪਰੇਅ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਆਪਾਂ ਤੁਹਾਨੂੰ ਦਿਖਾਈਏ, ਜੇਕਰ ਆਪਾਂ ਨੂੰ ਇੱਕ ਪੌਦਾ ਮਿਲਿਆ ਗਾ ਜਿਹੜੇ 'ਤੇ ਕਿ ਇਹਦੇ ਨਾਲ ਆਪਾਂ ਕਹਿ ਦਈਏ ਇਹ ਪ੍ਰਭਾਵਿਤ ਹੋਇਆ ਹੋਇਆ ਪੌਦਾ, ਜਿਵੇਂ ਕਿ ਇਹ ਨੋਕਾਂ ਨੇ ਤੁਹਾਨੂੰ ਸ਼ਾਇਦ ਦਿਸ ਰਹੇ ਹੋਣੇ। ਇਸ ਤੋਂ ਬਾਅਦ ਇਹ ਪੱਤਾ ਗਾ ਜਿਹੜਾ ਇਹਦੀਆਂ ਮਤਲਬ ਕਿ ਇੱਥੋਂ ਸੁੱਕ ਕੇ, ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਪੱਤਾ ਗਾ ਇਹਦੀਆਂ ਪਹਿਲਾਂ ਨੋਕਾਂ ਸੁੱਕੀਆਂ, ਉਸ ਤੋਂ ਬਾਅਦ ਸੁੱਕਣਾ ਇਹ ਥੱਲੇ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਧਾਰੀਆਂ ਨੇ, ਜੇਕਰ ਇਹ ਧਾਰੀਆਂ ਥੱਲੇ ਵੱਲ ਨੂੰ ਜਾਂਦੀਆਂ ਨੇ, ਥੱਲੇ ਜਾ ਕੇ ਇਹਨੇ ਜਿਹੜੀ ਸਾਖ ਆ ਉਸ ਨੂੰ ਖਰਾਬ ਕਰ ਦੇਣਾ। ਸੋ ਤਾਂ ਹੀ ਆਪਾਂ ਮੰਨ ਸਕਦੇ ਹਾਂ ਕਿ ਬੈਕਟੀਰੀਅਲ ਲੀਫ ਬਲਾਈਟ ਆ, ਕਿਉਂਕਿ ਪਹਿਲਾਂ ਇਹ ਨੋਕਾਂ ਤੋਂ ਚੱਲ ਕੇ, ਕਈ ਵਾਰੀ ਨੋਕਾਂ ਤੋਂ ਸਾਈਡਾਂ ਤੋਂ ਆਪਾਂ ਫਸਲ ਨੂੰ ਦੇਖ ਸਕਦੇ ਹਾਂ ਚੱਲ ਕੇ, ਉਸ ਤੋਂ ਬਾਅਦ ਇਹ ਸਾਰੇ ਦਾ ਸਾਰਾ ਪੱਤਾ ਖਰਾਬ ਹੋ ਜਾਂਦਾ। ਪੱਤੇ ਖਰਾਬ ਹੋਣ ਤੋਂ ਬਾਅਦ ਇਹ ਚੀਜ਼ ਸਾਖ 'ਤੇ ਚਲੀ ਜਾਂਦੀ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ। ਆਪਾਂ ਤੁਹਾਨੂੰ ਹੋਰ ਪੌਦਾ ਵੀ ਦਿਖਾ ਸਕਦੇ ਹਾਂ, ਆਹ ਦੇਖੋ। ਉਸ ਤੋਂ ਬਾਅਦ ਇਹ ਥੱਲੇ ਚਲੀ ਗਈ, ਬਿਲਕੁਲ ਥੱਲੇ ਜਾ ਕੇ ਇਹਨੇ ਕੀ ਕਰਨਾ ਗਾ, ਤੁਹਾਨੂੰ ਇਹਦਾ ਨੁਕਸਾਨ ਦਿਖਾਉਣਾ ਕਰਿਆ ਹੋਇਆ। ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਜਿਹੜੀ ਸੀਥ ਆ ਗਈ ਇਹਨੇ ਸੁੱਕ ਜਾਣਾ, ਤੁਹਾਨੂੰ ਦਿਸਦੀ ਹੋਣੀ ਕਿ ਸੀਥ ਸੁੱਕ ਕੇ ਬਿਲਕੁਲ ਬਲੈਕ ਹੋ ਗਈ, ਇਸ ਤਰੀਕੇ ਨਾਲ ਇਹਨੂੰ ਨੁਕਸਾਨ ਕਰਨਾ। ਸੋ ਆਪਣੇ ਪਹਿਚਾਣ ਇਹਦੀ ਆਹ ਦੇਖੋ ਸੁੱਕ ਗਈ ਜਿਹੜੀ ਸੀਥ ਸੀ, ਆਪਣੇ ਇਹਦੀ ਪਹਿਚਾਣ ਕਰ ਲੈਣੀ ਹੈ, ਪਰ ਫਿਰ ਹੀ ਆਪਾਂ ਨੇ ਕੋਈ ਜਿਹੜੀ ਸਪਰੇਅ ਹੈ ਉਹ ਕਰਨ ਦਾ ਫੈਸਲਾ ਲੈਣਾ, ਅਦਰਵਾਈਜ਼ ਨਹੀਂ। ਪਰ ਫਿਰ ਵੀ ਜੇਕਰ ਆਪਾਂ ਪ੍ਰਕੋਸ਼ਨ ਦੇ ਤੌਰ 'ਤੇ, ਪ੍ਰੋਟੈਕਸ਼ਨ ਦੇ ਤੌਰ 'ਤੇ ਆਪਾਂ ਕਰਨੀ ਚਾਹੁੰਦੇ ਵੀ ਹਾਂ ਆਪਣੇ ਖੇਤ ਦੇ ਵਿੱਚ, ਤਾਂ ਆਪਾਂ ਸਪਰੇਅ ਦੇ ਵਿੱਚ ਸਟੈਪੋਸਾਈਕਲਿਨ ਐਡ ਕਰ ਸਕਦੇ, ਕਿਉਂਕਿ ਇਹ ਇੱਕ ਬੈਕਟੀਰੀਆ ਨਾ ਕਿ ਫੰਗਸ, ਇਹਨੂੰ ਫੰਗਸ ਵਾਲੀ ਦਵਾਈ ਕੰਟਰੋਲ ਨਹੀਂ ਕਰ ਸਕਦੀ। ਇਹ ਚੀਜ਼ ਆਪਾਂ ਨੂੰ ਮਤਲਬ ਸਮਝਣੀ ਪੈਣੀ ਹੈ ਕਿ ਬੈਕਟੀਰੀਆ ਫੰਗਸ ਇਹ ਵੱਖੋ ਵੱਖਰੀਆਂ ਚੀਜ਼ਾਂ ਨੇ। ਸੋ ਆਸ ਕਰਦੇ ਹਾਂ ਕਿ ਜਿਹੜੇ ਕਿਸਾਨ ਵੀਰ ਨੇ ਉਹਨਾਂ ਦਾ ਜਿਹੜਾ ਮਤਲਬ ਕਨਫਿਊਜ਼ਨ ਸੀ ਉਹ ਮਤਲਬ ਕਿ ਦੂਰ ਹੋ ਜੂਗੀ ਸ਼ਾਇਦ ਇਸ ਵੀਡੀਓ ਨੂੰ ਦੇਖ ਕੇ। ਫਿਰ ਵੀ ਜੇਕਰ ਕੋਈ ਪ੍ਰੋਬਲਮ ਮਤਲਬ ਕਿ ਕ੍ਰੀਏਟ ਹੁੰਦੀ ਆ ਤਾਂ ਆਪਾਂ ਮਤਲਬ ਜਿਹੜੇ ਆਪਣੇ ਨੇੜੇ ਦੇ ਮਾਹਰ ਹੁੰਦੇ ਆ ਉਹਨਾਂ ਨੂੰ ਦਿਖਾ ਸਕਦੇ ਹਾਂ, ਕਿਉਂਕਿ ਜੇਕਰ ਇਹ ਮਤਲਬ ਕਿ ਬਿਮਾਰੀ ਆ ਜ਼ਿਆਦਾ ਏਰੀਏ ਦੇ ਵਿੱਚ ਫੈਲਦੀ ਆ ਤਾਂ ਇਹ ਇੱਕ ਵੀ ਬਹੁਤ ਖਤਰਨਾਕ ਬਿਮਾਰੀ ਆ। ਜੇਕਰ ਇਹ ਪਹਿਲਾਂ ਮਤਲਬ ਕਿ ਇਸ ਸਟੇਜ 'ਤੇ ਇਦੂ ਪਹਿਲਾਂ ਵਾਲੀ ਸਟੇਜ 'ਤੇ ਜੇਕਰ ਖਰਾਬ ਕਰਦੀ ਆ ਫਸਲ ਨੂੰ ਤਾਂ ਇਹ 70% ਤੱਕ ਝਾੜ ਨੂੰ ਘਟਾ ਦਿੰਦੀ ਆ। ਸੋ ਝਾੜ 'ਤੇ ਬਹੁਤ ਬੁਰਾ ਅਸਰ ਪਾਉਂਦੀ ਆ, ਇਸ ਚੀਜ਼ ਨੂੰ ਆਪਾਂ ਨੂੰ ਦੇਖ ਕੇ ਚੱਲਣਾ ਪਊਗਾ। ਆਪਾਂ ਪ੍ਰੋਟੈਕਸ਼ਨ ਦੇ ਤੌਰ 'ਤੇ ਥੋੜ੍ਹੇ ਪੈਸਿਆਂ ਦੀਆਂ ਪੈਂਦੀਆਂ ਨੇਗੀਆਂ ਸਟੈਪੋਸਾਈਕਲਿਨ ਦੀਆਂ ਜਿਹੜੀਆਂ ਪਾਊਚ ਨੇ ਉਹ ਪਾ ਸਕਦੇ ਹਾਂ, ਐਡ ਕਰ ਸਕਦੇ ਹਾਂ ਸਪਰੇਅ ਦੇ ਵਿੱਚ, ਕੀਟਨਾਸ਼ਕ ਫੰਗੀਸਾਈਡ ਕੁਛ ਵੀ ਕਰਦੇ ਹਾਂ ਵੱਖੋ ਵੱਖਰੇ ਆਪਾਂ ਘੋਲ ਕੇ ਕਰ ਸਕਦੇ। ਉਹ ਹਰ ਇੱਕ ਦੇ ਵਿੱਚ ਪਾਈ ਜਾਂਦੀ ਆ ਜਿਹੜੀ ਸਟੈਪੋਸਾਈਕਲਿਨ ਦੀਆਂ ਪੁੜੀਆਂ ਨੇ, ਉਹਨੂੰ ਕਿਸੇ ਵੀ ਸਪਰੇਅ ਦੇ ਵਿੱਚ ਐਡ ਕਰ ਸਕਦੇ ਹਾਂ 2-4 ਨੂੰ ਛੱਡ ਕੇ। ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਵੀਡੀਓ ਨੂੰ ਹੋਰ ਕਿਸਾਨ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹਾਂ।